ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਤੁਹਾਡੇ ਆਪਣੀ ਪਿਆਰੇ YouTube ਚੈਨਲ ਆਰਕੀਸਟ ਐਗਜ਼ਾਮ ਦੇ ਵਿੱਚ ਸੋ ਦੋਸਤੋ ਇਸ ਕਲਾਸ ਦੇ ਵਿੱਚ ਅੱਜ ਆਪਾਂ ਸੋ ਪੰਜਾਬ ਦੇ ਐਗਜ਼ਾਮ ਦੇ ਲਈ ਸਪੈਸ਼ਲੀ 1 ਜੁਲਾਈ ਤੋਂ ਜੋ 15 ਜੁਲਾਈ ਤੱਕ ਆਪਾਂ ਕਰੰਟਫੇਅਰ ਡਿਸਕਸ ਕੀਤੀ ਹੈ ਡਿਟੇਲ ਦੇ ਵਿੱਚ ਸੋ ਉਸ ਦਾ ਏ ਚਾ ਟੈਸਟ ਲਗਾਵਾਂਗੇ ਆਪਾਂ ਤੇ ਤੁਸੀਂ ਵੀ ਆਪਣੀ ਟੈਸਟ ਲਗਾ ਕੇ ਵੇਖਿਓ ਤੇ ਤੁਹਾਨੂੰ ਇਸ ਦੇ ਵਿੱਚ ਕਿੰਨੇ ਕੁਐਸਚਨ ਯਾਦ ਨੇ ਕਿਉਂਕਿ ਗਾਇਸ ਇੱਕ ਮਹੀਨੇ ਜਦੋਂ ਕਰੰਟਫੇਅਰ ਇਕੱਠੀ ਹੋ ਜਾਂਦੀ ਹੈ ਫਿਰ ਉਹ ਯਾਦ ਕਰਨਾ ਮੁਸ਼ਕਲ ਹੋ ਜਾਂਦਾ ਹੈ ਸੋ ਅੱਧੀ ਅੱਧੀ ਕਰੰਟਫੇਅਰ ਡਿਸਕਸ ਕਰਾਂਗੇ ਆਪਾਂ ਇਸ ਕਰਕੇ ਤੁਹਾਡੀ ਜੋ ਚੰਗੀ ਰਿਵੀਜ਼ਨ ਵੀ ਹੋ ਜੇਗੀ ਤੇ ਐਂਡ ਤੱਕ ਤੁਹਾਨੂੰ ਸਾਰੇ ਮੰਥ ਵਾਈਜ਼ ਜੋ ਕਰੰਟ ਅਫੇਅਰ ਹੁੰਦੀ ਹੈ ਉਹ ਪੂਰੀ ਯਾਦ ਵੀ ਹੋ ਜਾਏਗੀ ਠੀਕ ਹੈ ਗਾਇਸ ਤੇ ਆਓ ਆਪਾਂ ਕਲਾਸ ਨੂੰ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਇਹ ਦੇਖੋ ਮੋਹਾਲੀ ਚ ਨਵੇਂ ਸਰਕਾਰੀ ਹਸਪਤਾਲ ਲਈ ਕਿਸ ਬਲੋਂ ਜ਼ਮੀਨ ਅਲਾਟ ਕੀਤੀ ਗਈ ਹੈ ਤੇ ਗਾਇਸ ਆਪਾਂ ਜਾ ਡਿਸਕਸ ਨਹੀਂ ਕਰਾਂਗੇ ਕਿਉਂਕਿ ਇਹ ਟੈਸਟ ਹੈ ਤੇ ਆਪਾਂ ਡਿਟੇਲ ਬੜੀ ਵੀਡੀਓ ਪਤੋਂ ਨਹੀਂ ਸਭ ਨੇ ਦੇਖ ਲਈ ਹੋਣੀ ਠੀਕ ਹੈ ਪੰਜਾਬ ਕਰੰਟ ਚੌਪ ਤੇ ਉੱਪਰ ਤੇ ਸਿਰਫ ਆਪਣੀ ਰਿਵੀਜ਼ਨ ਕਰਨੀ ਹੈ ਸੋ ਕੁਐਸਚਨਾਂ ਦੀ ਰਾਈਟ ਆਨਸਰ ਇਜ਼ தி অপਸ਼ਨ ਨੰਬਰ A ਗਮਾ ਡਬਲਓ ਠੀਕ ਹੈ ਸਾਰੀ ਸੋ ਮੋਹਾਲੀ ਚ ਨਵੇਂ ਸਰਕਾਰੀ ਹਸਪਤਾਲ ਲਈ ਸੋ ਗਮਾਡਾ ਵੱਲੋਂ ਜ਼ਮੀਨ ਅਲਾਟ ਕੀਤੀ ਗਈ ਹੈ ਪੇਪਰ ਦੇ ਵਿੱਚ ਗਮਾਡਾ ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਜਿਸ ਦੀ ਫੁੱਲ ਫਾਰਮ ਹੈ ਗ੍ਰੇਟਰ ਮੋਹਾਲੀ ਏਰੀਆ ਡਵਲਪਮੈਂਟ ਅਥਾਰਟੀ ਠੀਕ ਹੈ ਸੋ ਇਹ ਗਮਾਡਾ ਦੀ ਫੁੱਲ ਫਾਰਮ ਹੈ ਯਾਦ ਰੱਖਣੀ ਹੈ ਨੈਕਸਟ ਕੁਐਸਚਨ ਕਿਸ ਕੇਂਦਰੀ ਮੰਤਰੀ ਨੇ ਨਸ਼ਾ ਮੁਕਤ ਭਾਰਤ ਅਭਿਆਨ ਲਈ ਇੱਕ ਵੈਬਸਾਈਟ ਲਾਂਚ ਕੀਤੀ ਹੈ ਸੁਨੰਦ ਨਾਮ ਹੈ ਥਾਵਰਚੰਦ ਗਹਿਲੋਤ অপਸ਼ਨ ਨੰਬਰ ਸੀ ਡੀ ਹੈ ਜ ਰਾਈਟ ਆਨਸਰ ਤੇ ਗਾਈਸ ਤੁਹਾਨੂੰ 3 ਸੈਕਿੰਡ ਮਿਲਣਗੇ ਠੀਕ ਹੈ ਤੁਸੀਂ ਆਨ 3 ਪਹਿਲਾਂ ਮੇਰੇ ਤੋਂ ਗੈਸ ਕਰ ਲੈ ਕਰੋ ਤੇ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਡੀ ਥਾਵਰਚੰਦ ਗਹਿਲੋਤ ਠੀਕ ਹੈ ਸੋ ਜਿਨ੍ਹਾਂ ਨੇ ਕੀ ਨਸ਼ਾ ਮੁਕਤ ਭਾਰਤ ਅਭਿਆਨ ਦੇ ਲਈ ਵੈਬਸਾਈਟ ਲਾਂਚ ਕੀਤੀ ਹੈ ਸਾਰੇ ਫਾਰਮੈਟ ਵਿੱਚ ਖੇਡਣ ਵਾਲੀ ਸਭ ਤੋਂ ਘੱਟ ਉਮਰ ਦੀ ਕਰੈਕਟਰ ਕੌਣ ਹੈ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਸੀ ਸ਼ਿਫਾਲੀ ਵਰਮਾ ਸ਼ਿਵਾਲੀਗੜ੍ਹ ਵਿੱਚ ਰਾਈਟ ਆਨਸਰ ਜੋ ਕਿ ਸਾਰੇ ਫਾਰਮੈਟਾਂ ਦੇ ਵਿੱਚ ਕਿੱਡਨ ਬਾਈ ਸਭ ਤੋਂ ਘਟੋਮਰਤੀ ਕਰੈਕਟਰ ਬਣ ਗਈ ਹੈ ਨੈਕਸਟ ਕੁਐਸਚਨ ਕਿਸ ਰਾਜ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਸੰਭਾਵਿਤ ਪਰਤੀਆਂ ਦੇ ਲਈ ਇੰਟਰਵਿਊ ਖਤਮ ਕੀਤੀ ਹੈ ਇਹ ਕੀਤੀ ਹੈ ਜੀ ਗਾਇਸ অপਸ਼ਨ ਨੰਬਰ ਸੀ ਰਾਈਟ ਆਨਸਰ ਆਂਧਰਾ ਪ੍ਰਦੇਸ਼ ਸੋ ਆਂਧਰਾ ਪ੍ਰਦੇਸ਼ ਰਾਜ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਸੰਭਾਵਿਤ ਜੋ ਪਰਤੀਆਂ ਨੇ ਉਹਨਾਂ ਦੇ ਵਿੱਚ ਇੰਟਰਵਿਊ ਖਤਮ ਕਰਨ ਦੀ ਜੋ ਕੋਸ਼ਿਸ਼ ਨਾ ਕੀਤੀ ਹੈ ਨੈਕਸਟ ਵੇਖੋ ਹਾਕੀ ਇੰਡੀਆ ਨੇ ਖੇਲ ਰਤਨ ਅਵਾਰਡ 2021 ਲਈ ਕਿਸ ਦੇ ਨਾਮ ਦੀ ਸ਼ਰਸ਼ ਕੀਤੀ ਹੈ ਰਾਈਟ ਆਨਸਰ ਆਪਸ਼ਨ ਨੰਬਰ ਡੀ ਇਹ ਅਤੇ ਪੀ ਦੋਵੇਂ ਸੋ ਪੀ ਆਰ ਸ੍ਰਿਜੇਸ਼ ਤੇ ਦੀਪਿਕਾ ਇਹਨਾਂ ਦੋਨਾਂ ਦੇ ਲਈ ਹਾਕੀ ਇੰਡੀਆ ਨੇ ਖੇਲ ਰਤਨ ਅਵਾਰਡ 2021 ਦੇ ਲਈ ਨਾਮ ਦੀ ਸ਼ਰਸ਼ ਕੀਤੀ ਹੈ ਤਾਂ ਦੋਵਾਂ ਦਾ ਨਾਮ ਹੀ ਯਾਦ ਰੱਖਣਾ ਗਾਈਜ਼ ਨੈਕਸਟ ਕੁਐਸਚਨ ਭਾਰਤ ਵਿੱਚ ਰਾਸ਼ਟਰੀ ਡਾਕਟਰ ਦਿਵਸ ਕਦੋਂ ਮਨਾਇਆ ਗਿਆ ਹੈ Right A, सी, -सी दे राइट आंसर ऑप्शन नंबर ए 1 जुलाई ਨੂੰ ਠੀਕ ਹੈ ਜੋ ਉਪਾਰ ਦੇ ਵਿੱਚ ਰਾਸ਼ਟਰੀ ਡਾਕਟਰ ਦਿਵਸ ਹੈ ਸੋ ਇਹ ਜੋ ਪੱਛਮੀ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸੀ ਬੀ ਸੀ ਰਾਏ ਜਿਨ੍ਹਾਂ ਦਾ ਪੁਰਾਣਾ ਨਾਮ ਹੈ ਵਿਦਾਂਚੰਦਰ ਰਾਏ ਠੀਕ ਹੈ ਉਹਨਾਂ ਦੇ ਜਨਮ ਦਿਨ ਤੇ ਹੀ ਜੋ ਡਾਕਟਰ ਦਿਵਸ ਹੈ ਮਨਾਇਆ ਜਾਂਦਾ ਹੈ ਸੋ राइट आंसर ऑप्शन नंबर ए 1 ਜੁਲਾਈ ਨੈਕਸਟ ਕੁਐਸਚਨ ਇਤਿਹਾਸ ਵਿੱਚ ਸਭ ਤੋਂ ਘਟੋ ਅਮਰ ਦਾ ਸਤਰੰਜ ਗ੍ਰੈਂਡ ਮਾਸਟਰ ਕੌਣ ਬਣਿਆ ਹੈ ਉਹਨਾਂ ਦਾ ਨਾਮ ਹੈ ਅਭਿਮਨਯੂ ਮਿਸ਼ਰਾ অপਸ਼ਨ ਨੰਬਰ B ਸਕੂਲੇ 12 ਸਾਲ ਦੇ ਨੇ ਸੋ 12 ਇਅਰ ਦੇ ਅਭਿਮਨਯੂ ਮਿਸ਼ਰਾ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ 17 ਅੰਸ਼ ਗ੍ਰੈਂਡ ਮਾਸਟਰ ਬਣੇ ਨੇ ਨੈਕਸਟ ਕੁਐਸ਼ਨ ਕਿੱਥੋਂ ਦੇ ਮੁੱਖ ਸਕੱਤਰ ਨੇ ਹੈਲਪਲਾਈਨ ਸਕੂਨ ਦਾ ਉਦਘਾਟਨ ਕੀਤਾ ਹੈ ਰਾਈਟ ਆਨਸਰ অপਸ਼ਨ ਨੰਬਰ B ਯਮੁਕਸ਼ਮੀਰ ਦੇ ਸੋ ਜਮੁਕਸ਼ਮੀਰ ਕੰਦਰਾਸ ਕੰਦਰਾਸ ਪ੍ਰਦੇਸ਼ ਦੇ ਜੋ ਮੁੱਖ ਸਕੱਤਰ ਨੇ ਅਰੁਣ ਕੁਮਾਰ ਮਹਿਤਾ ਠੀਕ ਹੈ ਗਾਇਸ ਸੋ ਉਹਨਾਂ ਨੇ ਹੀ ਸਕੂਨ ਦਾ ਉਦਘਾਟਨ ਕੀਤਾ ਹੈ ਤੇ ਜੋ ਵੀ ਜਿਹਨੇ ਵੀ ਕਲੀਨिकल ਨੇ ਮਨੋਵਿਗਿਆਨਕ ਡਾਕਟਰ ਨੇ ਜਿਹੜੇ ਕਿ ਤਣਾਅ ਦੇ ਵਿੱਚ ਰਹਿੰਦੇ ਨੇ ਟੈਨਸ਼ਨ ਦੇ ਵਿੱਚ ਸੋ ਉਹਨਾਂ ਨੂੰ ਇਹ ਜੋ ਹੈਲਪਲਾਈਨ ਹੈ ਸਕੂਨ ਸ਼ੁਰੂ ਕੀਤੀ ਹੈ ਉਹਨਾਂ ਦੇ ਲਈ ਤੇ ਉਹ ਤਣਾਅ ਨੂੰ ਦੂਰ ਕਰਨ ਦੇ ਲਈ ਠੀਕ ਹੈ ਯਾਦ ਰੱਖਿਓ ਸੋ ਮੁਖਸਕਤਰ ਜੰਮੂ ਕਸ਼ਮੀਰ ਨੇ ਨੈਕਸਟ ਕੁਐਸਚਨ ਜਥੇਦਾਰ ਨੇ ਸਿੱਖ ਕੌਮ ਨੂੰ ਅਕਾਲ ਤਖਤ ਦੇ ਸਿਧਾਂਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਤਾਂ ਦੱਸੋ ਅਕਾਲ ਤਖਤ ਦੀ ਸਿਰਜਣਾ ਸੀ वो किस गुरु साहेबान ने की सी राइट आंसर इस ऑप्शन नंबर सी गुरु हरगोबिंद साहब जी ने सो छेवें गुरु हरगोबिंद साहब जी ने सो कल तक की सृजना की ठीक है ये याद रखना है नैक्सट क्वेश्चन ग्लोबल सैबर सिक्योरिटी इंडैक्स दो हज़ार भी भारत का दर्जा की है भारत का दर्जा है ऑप्शन नंबर बी दसवं ग्लोबल सैबर सिक्योरिटी इंडैक्स दो हज़ार भी भारत दर्जा है 10ਵਾਂ ਤੇਹੀ ਰਿਪੋਰਟ ਹੈ ਜੋ ਕਿਸ ਨੇ ਪੇਸ਼ ਕੀਤੀ ਹੈ ਅੰਤਰਰਾਸ਼ਟਰੀ ਤੂਰ ਸੰਚਾਰ ਯੂਨੀਅਨ ਸੋ ਆਈਟੀਯੂ ਦੁਆਰਾ ਜਾਰੀ ਗਲੋਬਲ ਸਾਈਬਰ ਸਕਿਉਰਿਟੀ ਇੰਡੈਕਸ ਦੇ ਵਿੱਚ ਸੋ ਭਾਰਤ ਦੁਨੀਆ ਦਾ 10ਵਾਂ ਸਰਵੋਤਮ ਦੇਸ਼ ਮੰਨਿਆ ਗਿਆ ਹੈ ਤੇ ਰਿਪੋਰਟ ਯਾਦ ਰੱਖਣੀ ਸੋ ਆਈਟੀਯੂ ਸੋ ਅੰਤਰਰਾਸ਼ਟਰੀ ਤੂਰ ਸੰਚਾਰ ਯੂਨੀਅਨ ਦੇ ਵੱਲੋਂ ਨੈਕਸਟ ਕੁਐਸਚਨ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਡੈਸ਼ ਸੀਓ ਅਵਿਤਾਵ ਕਾਂ ਦਾ ਕਾਰਜਕਾਲ 1 ਸਾਲ ਵਧਾ ਕੇ 30 ਜੂਨ 2022 ਤੱਕ ਕਰ ਦਿੱਤਾ ਹੈ ਸੋ ਇਸ ਮੈਟੀ ਦਾ ਨਾਮ ਹੈ ਸੰਗਠਨ ਨੀਤੀਯਾਜੋਬ ਆਪਸ਼ਨ ਨੰਬਰ ਡੀ ਵਿੱਚ ਦੇਖ ਰਹੇ ਹੋ ਸੋ ਨੀਤੀ ਚੋਗ ਦੇ ਜੀ ਸੀਓ ਨੇ ਅਭਿਤਾਵ ਕਾਂਤ ਸੋਨ ਦਾ ਕਾਰਜਕਾਲ ਪادات ਤੱਕ ਹੈ 1 ਸਾਲ ਦੀ ਸੋ ਉਹਨਾਂ ਦਾ ਕਾਰਜਕਾਲ ਹੁਣ 30 ਜੂਨ 2022 ਤੱਕ ਕਰ ਦਿੱਤਾ ਗਿਆ ਹੈ ਨੈਕਸਟ ਵਿਸ਼ਵ ਸਿਹਤ ਸੰਗਠਨ ਦੁਆਰਾ ਹਾਲ ਹੀ ਵਿੱਚ ਕਿਸ ਏਸ਼ੀਆਈ ਦੇਸ਼ ਨੂੰ ਮਲੇਰੀਆ ਮੁਕਤ ਕੋਸ਼ਤ ਕੀਤਾ ਗਿਆ ਹੈ ਉਸ ਦੇਸ਼ ਦਾ ਨਾਮ ਹੈ ਚੀਨ ਆਪਸ਼ਨ ਨੰਬਰ ਬੀ ਚੀਨ ਦੇਸ਼ ਨੂੰ ਜੋ ਵਿਸ਼ਵ ਸਿਹਤ ਸੰਗਠਨ ਹੈ ਜਨਕੀ WHO World Health Organization ਉਸਦੇ ਦੁਆਰਾ ਸੋ ਏਸ਼ੀਆ ਦੇ ਚੀਨ ਨੂੰ ਮਲੇਰੀਆ ਮੁਕਤ ਘੋਸ਼ਿਤ ਕੀਤਾ ਗਿਆ ਹੈ। ਉੱਤਰਾਖੰਡ ਦੇ ਭਾਜਪਾ ਪਾਧਕਾਂ ਨੇ ਆਪਣਾ ਨੇਤਾ ਚੁਣ ਲਿਆ ਹੈ ਤੇ ਹੁਣ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਤਾਂ ਗਾਇਸ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਉਹਨਾਂ ਦਾ ਨਾਮ ਹੈ ਪੁਸ਼ਕਰ ਸਿੰਘ ਧਾਮੀ অপਸ਼ਨ ਨੰਬਰ B ਰਾਈਟ ਆਨਸਰ ਪੁਸ਼ਕਰ ਸਿੰਘ ਧਾਮੀ ਨੇ ਸੋ ਉੱਤਰਾਖੰਡ ਦੇ ਨਵੇਂ मुखमंत्री सीएम जो तीर सिंह रावत सी सोना इस्तीफे के बाद ये बने ने हम किस भारतीय पहलवान से डोपिंग कर दो साल की पाबंदी लगा दी गई है सो पहलवान का नाम है सोमित मलिक ऑप्शन नंबर ए राइट आंसर सो भारती पहलवान सोमित मलिक सो डोपिंग कर दो साल की पाबंदी लगा दी गई है तो याद रखना सो दो साल नैक्सट क्वेश्चन ਕਿਸ ਨੇ ਅੰਬੇਦਕਰ ਮੈਮੋਰੀਅਲ ਐਂਡ ਕਲਚਰਲ ਸੈਂਟਰ ਦਾ ਨੀਂ ਪੱਥਰ ਰੱਖਿਆ ਹੈ ਤਾਂ ਗਾਇਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਜੋ ਅੰਬੇਦਕਰ ਮੈਮੋਰੀਅਲ ਐਂਡ ਕਲਚਰਲ ਸੈਂਟਰ ਦਾ ਨੀਂ ਪੱਥਰ ਹੈ ਸੋ ਇਹ ਜੋ ਆਪਣਾ ਉੱਤਰ ਪ੍ਰਦੇਸ਼ ਰਾਜ ਹੈ ਉੱਥੋਂ ਦੇ ਲਖਨਊ ਦੇ ਵਿੱਚ ਇਹ ਰੱਖਿਆ ਗਿਆ ਹੈ ਜੋ ਸੈਂਟਰ ਦਾ ਨੀਂ ਪੱਥਰ ਹੈ ਲਖਨਊ ਦੇ ਵਿੱਚ ਰੱਖਿਆ ਗਿਆ ਤੇ ਇਹ ਰੱਖਿਆ ਗਾਇਸ ਸੋ ਰਾਮਨਾਥ ਕੋਵਿੰਦਾ ਆਪਣੇ ਰਾਸ਼ਟਰਪਤੀ ਨੇ ਜੋ ਸਪਾਰਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦੁਆਰਾ ਰੱਖਿਆ ਗਿਆ ਹੈ ਨੈਕਸਟ ਕੁਐਸਚਨ ਨਥੁਰਾਮ ਗੌਂਸੀ ਦੀ ਜੀਵਨੀ ਨੂੰ ਕੌਣ ਪ੍ਰਕਾਸ਼ਿਤ ਕਰੇਗਾ ਤਾਂ ਉਹਨਾਂ ਦਾ ਨਾਮ ਹੈ ਗਾਇਸ অপਸ਼ਨ ਨੰਬਰ ਬੀ ਪੈਨ ਮੈਕਮਿਲਨ ਪੈਨ ਮੈਕਮਿਲਨ ਨੇ ਜੋ ਨਥੁਰਾਮ ਗੌਂਸੀ ਦੀ ਜੀਵਨੀ ਨੂੰ ਪ੍ਰਕਾਸ਼ਿਤ ਕਰਨਗੇ ਤੇ ਗਾਇਸ ਜੋ ਕਿ ਮੋਬਾਈਲ ਸਤਿ ਪੱਤਰਕਾਰ ਨੇ ਜਿਨ੍ਹਾਂ ਦਾ ਨਾਮ ਹੈ ਦਵਲ ਕੁਲਕਰਨੀ ਦਵਲ ਕੁਲਕਰਨੀ ਠੀਕ ਹੈ ਸੋ ਇਹਨਾਂ ਦੁਆਰਾ ਇਹ ਕਿਤਾਬ ਰਚੀ ਗਈ ਹੈ ਤੇ ਇਹਨੂੰ ਪ੍ਰਕਾਸ਼ਿਤ ਕਰਕੇ ਪੈਨ ਮੈਕਮਿਲਨ नैक्सट क्वेश्चन वट्सअप पेमेंट्स इंडिया बिजनेस के मुखी वजो किस नियुक्त किया गया है नाम है उन्होंने मनीष महात्मे ऑप्शन नंबर डी राइट वट्सअप पेमेंट्स इंडिया बिजनेस के मुखी वजो मनीष महात्मा जी नियुक्त किया गया है नैक्सट क्वेश्चन वेखो किस धार्मिक स्थान पर उन्नीस सौ पचवंजा च पुलिस वालों कि हमले की जांच श्रोमणी कमेटी ने पहली बार समागम करवाया ਗੁਸਤਾਰਮਿਕ ਸਤਨਨਾਮੇ ਗਾਈਜ਼ ਹਰਮੰਦਰ ਸਾਹਿਬ ਅਮਰਸਰ ਦੇ ਵਿੱਚ ਨੀਜੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੋ 4 ਜੁਲਾਈ 1955 ਦੇ ਵਿੱਚ ਪੁਲਿਸ ਵੱਲੋਂ ਹਮਲੇ ਦੀ ਯਾਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਸਮਾਗਮ ਕਰਾਇਆ ਸੋ ਮਨਜੀ ਸਾਹਿਬ ਕਰਦੇ ਪਾਚਾ ਠੀਕ ਹੈ ਹਰਮੰਦਰ ਸਾਹਿਬ ਮਨਜੀ ਸਾਹਿਬ ਦੇ ਵਿੱਚ ਤੇ ਗਾਈਜ਼ ਜੋ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਸੀ ਸੁਪੰਦ ਜਵਾਲਨਰ ਜੀ ਉਹਨਾਂ ਦੇ ਸਰਕਾਰ ਦੁਆਰਾ ਪੁਲਿਸ ਭੇਜੀ ਗਈ ਸੀ ਤੇ ਹਮਲੇ ਦੀ ਯਾਦ ਵਿੱਚ ਇਹ ਸਮਾਗਮ ਕਰਾਏ ਗਏ ਉਸ ਸਮੇਂ भारत अटॉर्नी जनरल का नाम दसो जिसनों जून दो हज़ार बई तक एक साल लिए दोबारा नियुक्त किया गया है so, सो तो अटॉर्नी जनरल भारत के 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 वेणुगोपाल ऑप्शन नंबर बी राइट अंसर उन्हों का कार्यकाल भी एक साल के लिए बधा दिता गया है जिमें कि नीति आयोग के सीओ सी अमिताभ कंत सो so, इन का कार्यकाल भी जून दो हज़ार बई तक बढ़ा दता गया है ठीक है याद रखना है नैक्स क्वेश्चन आर बी आई ने किस बैंक थे? पच्ची लाख रुपए का जुर्माना लगाया है उस बैंक का नाम महंगाई पंजाब एंड सिंध बैंक। ऑप्शन नंबर सी राइट आंसर सो कुछ हदायतों की पालना ना कर सो आर बी आई वालों सो नियमों की उलंघना कर सो पंजाब एंड सिंध बैंक से पच्ची लाख रुपए का जुर्माना लगाया। है नैक्सट क्वेश्चन इंडियन आर्मी चीफ कितने भारतीय सैनिकां लिए यंगार उद्घाटन करो राइट आंसर ऑप्शन नंबर डी ਇਟਲੀ ਦੇ ਵਿੱਚ ਕਰਨਗੇ ਗਾਇਸ ਇਹ ਸੋ ਜੋ ਕਿ ਭਾਰਤੀ ਸੈਨਾ ਦੇ ਜੋ ਮੁਖ ਮਮ ਨਰਵਣੇ ਨੇ ਸੋ ਚੀਫ ਸੋ ਸੈਨਕਾ ਦੇ ਲਈ ਚੰਗੀ ਯਾਦਗਾਰਤਾ ਉਦਘਾਟਨਾ ਕਰਨਗੇ ਇਟਲੀ ਦੇ ਵਿੱਚ ਨੈਕਸਟ ਵੇਖੋ ਕਿਹੜੇ ਰਾਜ ਕੇਂਦਰ ਸ਼ਾਸਤ ਪ੍ਰਦੇਸ਼ ਨੇ ਦਰਬਾਰ ਮੂਮ ਦੀ 149 ਸਾਲ ਪੁਰਾਣੀ ਪ੍ਰਥਾ ਨੂੰ ਖਤਮ ਕਰ ਦਿੱਤਾ ਤਾਂ ਗਾਇਸ ਰਾਈਟ ਆਨਸਰ ਆਪਸ਼ਨ ਨੰਬਰ ਸੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਨੇ ਦਰبار موਬਦੀ ਜੋ 149 ਸਾਲ ਪੁਰਾਣੀ ਪ੍ਰਥਾ ਸੀ ਉਸ ਨੂੰ ਖਤਮ ਕਰ ਦਿੱਤਾ ਹੈ ਤੇ ਜੰਮੂ ਕਸ਼ਮੀਰ ਦੇ ਜੋ ਉਪ ਰਾਜਪਾਲ ਨੇ ਮਨੋਸ सिन्हा ਨੇ ਤਾਂ ਯਾਦ ਰੱਖਣਾ ਇਹ ਨੈਕਸਟ ਕੁਐਸਚਨ ਕੇਂਦਰੀ ਰੱਖਿਆ ਮੰਤਰੀ ਰਾਣਾ ਸਿੰਘ ਦੁਆਰਾ ਕਿੰਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਰਾਈਟ ਆਨਸਰ ਆਪਸ਼ਨ ਨੰਬਰ ਸੀ 63 ਸੋ 33 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਸੋ ਆਪਾਂ ਕਹਾਂ ਰਾਜਕਿੰਦਰੀ ਸਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੇ ਗਏ ਨੇ ਇਹ ਜਿਵੇਂ ਕਿ ਲਦਾਖ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ हिमाचल प्रदेश हो गया उत्तराखंड हो गया हिमाचल प्रदेश ठीक है तो और नागालैंड मणिपुर एजए राज्यों ਦੇ ਵਿੱਚ 63 ਪ੍ਰੋਜੈਕਟਾਂ ਦਾ ਜੋ ਉਦਘਾਟਨ ਕੀਤਾ ਗਿਆ ਹੈ ਸੋ ਕੇਂਦਰੀ ਰੱਖਿਆ ਮੰਤਰੀ ਰਾਣਾ ਸਿੰਘ ਦੁਆਰਾ ਨੈਕਸਟ ਕੁਐਸਚਨ राजीव गांधी ਖੇਲ ਰਤਨ ਅਵਾਰਡ 2021 ਲਈ BCCI ਦੁਆਰਾ ਕਿਸ ਦੀ ਸਪਾਰਸ਼ ਕੀਤੀ ਗਈ ਹੈ ਉਹਨਾਂ ਦਾ ਨਾਮ ਹੈ ਆਰ अश्विन অপਸ਼ਨ ਨੰਬਰ B ਰਾਈਟ ਆਨਸਰ राजीव गांधी ਖੇਲ ਰਤਨ ਅਵਾਰਡ 2021 ਦੇ ਲਈ BCCI ਦੁਆਰਾ ਸੋ ਆਰਾਸ਼ਮਨ ਜੀ ਇਹਨਾਂ 'ਚ ਪਾਰਸ਼ ਕੀਤੀ ਗਈ ਹੈ ਭਾਰਤ ਸਰਕਾਰ ਨੇ ਕਿਸ ਨਾਮ ਨਾਲ ਭਾਰਤੀ ਏਕਤਾ ਅਤੇ ਅਖੰਡਤਾ ਵਿੱਚ ਯੋਗਦਾਨ ਪਾਉਣ ਦੇ ਖੇਤਰ ਵਿੱਚ ਸਭ ਤੋਂ ਉੱਚਾ ਨਾਗਰਿਕ ਅਵਾਰਡ ਸਥਾਪਿਤ ਕੀਤਾ ਹੈ ਤੁੰਦਨ ਨਾਮ ਹੈ ਗਏ ਸਰਦਾਰ ਪੱਲਪਾਈ ਪਟੇਲ অপਸ਼ਨ ਨੰਬਰ ਸੀ ਰਾਈਟ ਆਨਸਰ ਸੋ ਜਿਨ੍ਹਾਂ ਨੇ ਕੀ ਭਾਰਤੀ ਏਕਤਾ ਅਤੇ ਅਖੰਡਤਾ ਦੇ ਵਿੱਚ ਸੋ ਯੋਗਦਾਨ ਦੇ ਵਿੱਚ ਬੜਮੁੱਲਾ ਯੋਗਦਾਨ ਰਹਿ ਹੈ ਇਹਨਾਂ ਦਾ ਸੋ ਉਹਨਾਂ ਦੇ ਨਾਮ ਤੇ ਹੀ सो so, जो नागरिक अवार्ड स्थापित किया जाएगा नेक्स्ट क्वेश्चन इंस्टीट्यूट ऑफ चार्टर्ड अकाउंटेंट्स ऑफ इंडिया ने विद्यार्थियों केबाइल एप्लीकेशन लॉन्च करने की घोषणा की है आंसर ऑप्शन नंबर ए आई सी ए आई बी ओ एस सो जिसकी प्रलफॉर्म है इंस्टीट्यूट ऑफ चार्टर्ड अकाउंटेंट्स ऑफ इंडिया तो बी ओ एस ਸੋ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਜਿਹੜੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਵਿਦਿਆਰਥੀਆਂ ਦੇ ਲਈ ਨੈਕਸਟ ਕੁਐਸਚਨ ਵੱਲ ਬਦਦੇ ਹਾਂ ਦੇਖੋ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਚੋਣ ਟੋਕੀਓ ਵਿਖੇ ਹੋ ਰਹੀ 올림픽ਸ ਵਿੱਚ ਐਥਲੈਟਿਕ ਤੇ 4x400 ਮੀਟਰ ਮਿਕਸਡ ਰਿਲੇਇ ਲਿਵੈਂਟ ਲਈ ਹੋਈ ਹੈ ਉਹਨਾਂ ਦਾ ਨਾਮ ਹੈ ਸਾਰਤਕ ਪਾਮਬਰੀ ਆਪਸ਼ਨ ਨੰਬਰ A ਰਾਈਟ ਆਨਸਰ ਸਾਰਤਕ ਪਾਮਬਰੀ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਸੋ ਉਹਨਾਂ ਦੀ ਚੋਣ ਜੋ ਟੋਕੀਓ ਵਿਖੇ ਹੋ ਰਹੀ 올림픽ਸ ਦੇ ਵਿੱਚ ਸੋ ਥਲੇਟਿਕ 4x400 ਨੈਕਸਟ ਕੁਐਸਚਨ ਆ ਗਿਆ ਹਾਲੀ ਵਿੱਚ ਖਾਦੀ ਪ੍ਰਕਿਰਤਿਕ ਪੇਂਟ ਦੇ ਬ੍ਰਾਂਡ ਐਂਬੈਸਡਰ ਕੌਣ ਬਣੇ ਨੇ ਉਹਨਾਂ ਦਾ ਨਾਮ ਹੈ ਗਾਇਸ ਆਪਸ਼ਨ ਨੰਬਰ ਸੀ ਨਿਤਿਨ ਗੜਕਰੀ ਨਿਤਿਨ ਗੜਕਰੀ ਬਣੇ ਨੇ ਖਾਦੀ ਪ੍ਰਕਿਰਤਿਕ ਪੇਂਟ ਦੇ ਬ੍ਰਾਂਡ ਐਂਬੈਸਡਰ ਸੋ ਇੰਪੋਰਟੈਂਟ ਕੁਐਸਚਨ ਹੈ ਯਾਦ ਰੱਖਣਾ ਕੁਐਸਚਨ किस एयर ट्रांसपोर्ट ने वर्ल्ड का एयरलाइन ऑफ द ईयर अवार्ड जीते है उस एयर ट्रांसपोर्ट का नाम है कोरियन एयर ऑप्शन नंबर ए कोरियन एयर ट्रांसपोर्ट ने सो वर्ल्ड का एयरलाइन ऑफ द ईयर जीते है तो याद रखना है सो क्वेश्चन इंपॉर्टेंट है नेक्स्ट क्वेश्चन किस जगह पर भारत का दूजा सब तो क्रिकेट स्टेडियम बन जा रहा है सो ये बन जा रहा है ਸੋ Rajasthan ਦੇ Jaipur ਦੇ ਵਿੱਚ অপਸ਼ਨ ਨੰਬਰ B Rajasthan ਦੇ Jaipur ਦੇ ਵਿੱਚ פאר ਦਾ ਦੂਜਾ ਸਭ ਤੋਂ ਵੱਡਾ cricket stadium ਬਣਨ ਜਾ ਰਿਹਾ ਹੈ ਸੋ ਯਾਦ ਰੱਖਣਾ ਇਹ Next question Bollywood ਦੇ ਕਿਸ ਮਹਾਨ ਅਦਾਕਾਰ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਤੇ ਗਾਇਜ਼ ਇਹ ਜੁਲਾਈ ਦੇ ਵਿੱਚ ਹੋਏ ਨੇ ਠੀਕ ਹੈ ਸੋ ਇਹ ਥੋੜਾ ਜਿਹਾ ਆਪਣੇ ਜੋ ਆਪਣੇ অপਸ਼ਨ ਦਿੱਤੀ ਹੋਏ ਨੇ ਉਹਨਾਂ ਦੇ ਮੁਤਾਬਕ ਵੀ ਹੋ ਸਕਦਾ ਹੈ ਕੁਐਸਚਨ right answer is the option number A Dilip Kumar ਜੋ ਕਿ ਹਾਲ ਹੀ ਦੇ ਵਿੱਚ बॉलीवुड के जो महान अदाकार सो देहांत हो गए जिन्होंने डैथ हो गई है दिलीप कुमार नैक्सट क्वेश्चन सीआर पी एफ ने किस कंपनी एडवास टैक्नोलॉजी की सिखलाई ली समझौता है उस कंपनी का नाम है सीडैक ऑप्शन नंबर सी राइटनस सी आर पी एफ ने सी डैक एडवास टैक्नोलॉजी की सिखलाई ली समझौता किया फुलफॉर्म है सो उसकी फुलफॉर्म है, फुल है देखो ਸੈਂਟਰ ਫਾਰ ਡਿਵੈਲਪਮੈਂਟ ਫਾਰ ਐਡਵਾਂਸਡ ਕੰਪਿਊਟਿੰਗ ਸੋ ਸੀ ਟੈਕ ਦੀ ਫੁੱਲ ਫਾਰਮ ਹੈ ਇਹ ਤਾਂ ਯਾਦ ਰੱਖਣਾ ਹੈ ਕੁਐਸਚਨ ਨੈਕਸਟ ਕੁਐਸਚਨ ਹੈ ਕਿਸ ਮੰਤਰਾਲੇ ਨੇ ਨਿਪੁੰਨ ਭਾਰਤੀ ਸ਼ੁਰੂਆਤ ਕੀਤੀ ਹੈ ਰਾਈਟ ਆਨਸਰ ਇਸ ਦਾ ਜਿਸ ਨੇ ਕਿ ਨਿਪੁੰਨ ਭਾਰਤੀ ਸ਼ੁਰੂਆਤ ਕੀਤੀ ਹੈ ਸੋ ਮੰਤਰਾਲਾ ਹੈ ਸਿੱਖਿਆ ਮੰਤਰਾਲਾ ਆਪਸ਼ਨ ਨੰਬਰ ਬੀ ਰਾਈਟ ਆਨਸਰ ਸਿੱਖਿਆ ਮੰਤਰਾਲੇ ਨੇ ਨਿਪੁੰਨ ਭਾਰਤੀ ਸ਼ੁਰੂਆਤ ਕੀਤੀ ਹੈ ਤੇ ਨਿਪੁੰਨ ਦੀ ਫੁੱਲ ਫਾਰਮ ਆ ਸਕਦੀ ਹੈ ਪੇਪਰ ਦੇ ਵਿੱਚ ਸੋ ਸੋ ਫੁੱਲ ਫਾਰਮ ਦੇਖ ਲਓ ਇੱਕ ਵਾਰੀ ਨਿਪਨ ਦੀ ਜੋ ਫੁੱਲ ਫਾਰਮ ਹੈ ਨੈਸ਼ਨਲ ਇਨੀਸ਼ੀਏਟਿਵ ਫਾਰ ਦ ਪਰਫੈਂਸੀ ਇਨ ਰੀਡਿੰਗ ਵਿਦ ਅੰਡਰਸਟੈਂਡਿੰਗ ਐਂਡ ਨਮਰਸੀ ਮਤਲਬ ਕੀ ਹੈ ਗਾਇਸ ਸੋ ਇਹ ਅੰਕਾਂ ਨੂੰ ਸਮਝਣ ਤੇ ਪੜ੍ਹਨ ਦੇ ਲਈ ਹੈ ਜੋ ਨਿਪਨ ਪਰਤੀ ਸ਼ੁਰੂਆਤੀ ਕੀਤੀ ਗਈ ਹੈ ਸਿੱਖਿਆ ਮੰਤਰਾਲੇ ਦੁਆਰਾ ਠੀਕ ਹੈ ਯਾਦ ਰੱਖਣਾ ਇਹ ਨੈਕਸਟ ਕੁਐਸਚਨ ਆ ਗਿਆ ਜੂਨ 2021 ਵਿੱਚ ਸਰਕਾਰ ਨੇ ਕਿਸ ਯੋਜਨਾ ਦੇ ਤਹਿਤ ਵਧੇਰੇ ਕਿਸਾਨਾਂ ਨੂੰ ਧਾਕਲ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਤੇ ਗਾਈਜ਼ ਜੋ ਇਹ ਸਕੀਮ ਹੈ ਅਸਲ ਦੇ ਵਿੱਚ ਪਹਿਲਾਂ ਲਾਂਚ ਹੋ ਚੁੱਕੀ ਹੈ ਸੋ ਇਸ ਦੇ ਵਿੱਚ ਦੁਬਾਰਾ ਹੀ ਕਿਸਾਨ ਨੂੰ ਹੋਰ ਜ਼ਿਆਦਾ ਮਤਲਬ ਕਿ ਦਾਖਲ ਕਰਨ ਦੇ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਡੀ ਪੀਐਮ ਐਫਬੀਆਈ ਜਿਸ ਦੀ ਫੁੱਲ ਫਾਰਮ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਠੀਕ ਹੈ ਤੁਹਾਨੂੰ ਸਭ ਨੇ ਸੁਣੀ ਹੋਣੀ ਇਹ ਮੈਂ ਪਹਿਲਾਂ થી ਸਟਾਰਟ ਹੋ ਰਹੀ ਹੈ ਤੇ ਇਸ ਦੇ ਵਿੱਚ ਹੋਰ ਕਿਸਾਨ ਨੂੰ ਦਾਖਲ ਕਰਨ ਦੇ ਲਈ ਇਹ ਮੁਹਿੰਮ ਚਲਾਈ ਗਈ ਹੈ ਤਾਂ ਰਾਈਟ ਆਨਸਰ অপਸ਼ਨ ਨੰਬਰ ਡੀ ਹੈ ਨੈਕਸਟ ਕੁਐਸਚਨ ਕਿਤੋਂ ਦੇ ਰਾਸ਼ਟਰਪਤੀ ਜੋਵੇਨਲ ਮੋਇਸੇਦੀ ਉਹਨਾਂ ਦੇ ਨਿਜੀ ਘਰ ਵਿੱਚ ਅਣਪਛਾਤੇ ਨੇ ਹੱਤਿਆ ਕਰ ਦਿੱਤੀ ਹੈ ਰਾਈਟ ਆਨਸਰ ਇਜ਼ ਦਾ ਹਾਈਤੀ ਦੇਸ਼ ਆਪਸ਼ਨ ਨੰਬਰ ਏ ਹਾਈਤੀ ਦੇਸ਼ ਤੇ ਸਹੀ ਗਾਈਸ ਇਹ ਜੋ ਕਿ ਰਾਸ਼ਟਰਪਤੀ ਜੋਵੇਨਲ ਮੋਇਸੇ ਸੋ ਉਹਨਾਂ ਦੇ ਅਣਪਛਾਤੇ ਨੇ ਉਹਨਾਂ ਦੇ ਘਰ ਵਿੱਚ ਬੜ ਕੇ ਹੱਤਿਆ ਕਰ ਦਿੱਤੀ ਹੈ ਤੇ ਉਹਨਾਂ ਦੀ ਪਤਨੀ ਇਹ ਉਹ ਵੀ ਸਿਰਸਾਲਤ ਵਿੱਚ ਨੇ ਠੀਕ ਹੈ ਨੈਕਸਟ ਕੁਐਸਚਨ ਹੈ ਜੰਤਕੋਦੰਪੀਪਾਕ ਕਿਸ ਮਤਰਾਲੇ ਦਿਨ ਲਿਆਂਦਾ ਗਿਆ ਹੈ ਸੋ ਇੰਗਲਿਸ਼ ਦੇ ਵਿੱਚ ਪਬਲਿਕ ਐਂਟਰਪ੍ਰਾਈਜ਼ਸ ਠੀਕ ਹੈ ਸੋ ਇਹ ਭਾਗ ਹਜੂ ਕਿਸ ਮਤਰਾਲੇ ਦੇ ਦਿਨ ਲੰਦੇ ਗਏ ਹੈ ਰਾਈਟ ਆਨਸਰ ਆਪਸ਼ਨ ਨੰਬਰ ਏ ਵਿੱਤ ਮਤਰਾਲੇ ਦੇ ਦਿਨ ਠੀਕ ਹੈ ਗਾਇਸ ਸੋ ਇਸ ਦੇ ਦਿਨ ਸੋ ਹੁਣ ਸੋ ਆਪਾਂ ਇੱਕ ਤਈ ਹੋ ਗਿਆ ਵਿੱਤ ਮਤਰਾਲੇ ਤੇ ਪੰਜ ਕਿਸ ਦੇ ਦਿਨ ਹੋਰ ਮਤਰਾਲੇ ਲੰਦੇ ਗਏ ਨੇ ਠੀਕ ਹੈ ਤਾਂ ਜੋ ਭਵਿੱਖ ਤੇ ਵਿੱਚ ਜਿੰਨੇ ਵੀ ਵੇਚ ਵੇਣ ਵਿਛ ਯੋਜਨਾਵਾਂ ਹੋਣਗੀਆਂ ਸੋ ਉਹਨਾਂ ਦੇ ਵਿੱਚ ਤਾਲਮੇਲ ਬਣਾਇਆ ਜਾ ਸਕੇ ਤੇ ਜੋ ਹੋਰ ਪੰਜ ਮਤਰਾਲੇ ਨੇ ਸੋ ਉਹਨਾਂ ਨੂੰ ਆਪਾਂ ਇੱਕ ਵਾਰੀ ਵੇਖ ਲੈਨੇ ਆ ਸੋ ਪੰਜ ਕਿਹੜੇ ਕਿਹੜੇ ਨੇ ਤਾਂ ਪੰਜ ਨੇ ਨਾਂ ਵਿੱਚ ਦੇਖੋ ਨੇ ਦੇ ਨਾਮ ਨੇ ਆਰਥਿਕ ਮਾਮਲਾ ਵਿਭਾਗ ਆ ਗਿਆ ਖਰਚਾ ਵਿਭਾਗ ਆ ਗਿਆ ਮਾਲ ਵਿਭਾਗ ਵਿਨਵਿਸ਼ ਸਰਪ੍ਰਾਂਕ ਸੰਪਤੀ ਪ੍ਰਬੰਧਨ ਵਿਭਾਗ ਆ ਗਿਆ ਵਿੱਤੀ ਸਭਾ ਦਾ ਵਿਭਾਗ ਆ ਗਿਆ ਠੀਕ ਹੈ ਸੇ ਹੋਰ ਪੰਜ ਵਿਭਾਗ ਸੀ ਤੇ ਜੋ ਵਿੱਤੀ ਤੇ ਕਾਰਪੋਰੇਟ ਮਾਮਲੇ ਦੇ ਮੰਤਰੀ ਕੌਣ ਨੇ ਨਿਰਮਲਾ ਸੀਤ ਰਮ ਜੀ ਤਾਂ ਯਾਦ ਰੱਖਣਾ ਕੁਸ਼ਣ ਹੈ ਇਹ ਨੈਕਵੈਸ਼ਨ ਪਾਰ ਦਾ ਪਹਿਲਾ ਸਮੁੰਦਰੀ ਆਰਬਿਟਰੇਸ਼ਨ ਸੈਂਟਰ ਕਿੱਥੇ ਸਥਾਪਿਤ ਕੀਤਾ ਜਾਵੇਗਾ ਸੋ ਗਾਈਸ ਇਹ ਪਾਰ ਦਾ ਪਹਿਲਾ ਸਮੁੰਦਰੀ ਆਰਬਿਟ੍ਰੇਸ਼ਨ ਹੈ ਜੋ ਸੋ ਗੁਜਰਾਤ ਦੇ ਗਾਂਦੀਨਗਰ ਵਿੱਚ ਸਥਾਪਿਤ ਕੀਤਾ ਜਾਏਗਾ ਇਹ ਠੀਕ ਹੈ ਤਾਂ ਯਾਦ ਰੱਖਣਾ ਹੈ ਸੋ ਫਰਸਟ ਸਮੁੰਦਰੀ ਆਰਬਿਟ੍ਰੇਸ਼ਨ ਸੈਂਟਰ ਗੁਜਰਾਤ ਦੇ ਗਾਂਦੀਨਗਰ ਦੇ ਵਿੱਚ ਨੈਕਸਟ ਕੁਐਸਚਨ ਹੈ ਗਾਈਸ ਰੱਖਿਆ ਮੰਤਰਾਲੇ ਨੇ ਸਪਰਸ਼ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਤਾਂ ਸਪਰਸ਼ ਦਾ ਪੂਰਾ ਨਾਮ ਕੀ ਹੈ ਰਾਈਟ ਆਨਸਰ ਇਜ਼ ਦਾ অপਸ਼ਨ ਨੰਬਰ ਏ ਸਿਸਟਮ ਫਾਰ ਪੈਨਸ਼ਨ ਐਡਮਿਨਿਸਟ੍ਰੇਸ਼ਨਸ ਰੱਖਿਆ ਏ ਰਾਈਟ ਆਨਸਰ ਇਜ਼ ਦਾ ਸਿਸਟਮ ਫਾਰ ਪੈਨਸ਼ਨਸ ਐਡਮਿਨਿਸਟ੍ਰੇਸ਼ਨਸ ਅਰਖਸ਼ਾ ਤੇ ਗਾਈਜ਼ ਸੋ ਆਪਣੇ ਜੋ ਜਿੰਨੀ ਵੀ ਗਰੰਟੀ ਪੇ ਤੁਸੀਂ ਹੁਣ ਦੇਖ ਰਹੇ ਹੋ ਤੋਂ ਤੁਹਾਡੇ ਲਈ ਬਹੁਤ ਹੈਲਪਫਲ ਹੋਈ ਕਿ ਕਿਉਂਕਿ ਬਾਅਦ ਦੇ ਵਿੱਚ ਸਭ ਤੋਂ ਜ਼ਿਆਦਾ ਕੁਐਸਚਨ ਯਾਦ ਨਹੀਂ ਹੁੰਦੇ ਸੋ ਚੰਗੀ ਪ੍ਰੈਕਟਿਸ ਹੋ ਰਹੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜਲਦੀ ਜਲਦੀ ਨੂੰ ਠੀਕ ਹੈ ਤੇ ਐਵੇਂ ਕੁਐਸਚਨ ਅੱਗੇ ਰਿਵੀਜ਼ਨ ਕਰਾਂਦੇ ਰਹਾਂਗੇ ਅੱਗੇ ਵੀ ਸੋ ਅਗੇ ਨੈਕਸਟ ਕੁਐਸਚਨ ਦੇਖਦੇ ਆਪਾਂ ਨੈਕਸਟ ਕੁਐਸਚਨ ਹੈ ਕਿਸ ਨਿਊਜ਼ਲੈਟਰ ਪਲੇਟਫਾਰਮ ਨੇ ਬੁਲੇਟਿਨ ਦੀ ਸ਼ੁਰੂਆਤ ਕੀਤੀ ਹੈ ਉਸ ਨਿਊਜ਼ਲੈਟਰ ਪਲੇਟਫਾਰਮ ਦਾ ਨਾਮ ਹੈ ਫੇਸਬੁਕ ਸੋ ਸਾਰੇ ਯੂਜ਼ ਕਰਦੇ ਆਪਾਂ ਸੋ ਉਹਨਾਂ ਨੇ ਨਵੀਂ ਅਪਡੇਟ ਦੇ ਨਾਲ ਸੋ ਪਲੇਟਫਾਰਮ ਬੁਲੇਟਿਨ ਦੀ ਸ਼ੁਰੂਆਤ ਕੀਤੀ ਹੈ ਤੇ ਜੋ ਫੇਸਬੁਕ ਹੈ ਸੋ ਇਸ ਦੀ ਜੋ ਸਥਾਪਨਾ ਹੋਈ ਸੀ ਫਰਵਰੀ 2004 ਦੇ ਵਿੱਚ ਹੋਈ ਸੀ ਤੇ ਜੋ ਇਸ ਦੇ ਸੀਓ ਨੇ ਸੋ ਉਹਨਾਂ ਦਾ ਨਾਮ ਹੈ ਮਾਰਕ ਜੈਕਰਬਰਗ ਤੇ ਇਸ ਦਾ ਜੋ ਹੈੱਡਕੁਆਰਟਰ ਹੈ ਕੈਲੀਫੋਰਨੀਆ ਸੰਯੁਕਤ ਰਾਜ ਦੇ ਵਿੱਚ ਹੈ ਕਿਸ ਦੀ ਕਿਤਾਬ ਦਿ ਲਾਈਟ ਆਫ ਏਸ਼ੀਆ ਸਿਰਲੇਖ ਨਾਲ ਲਾਂਚ ਹੋਈ ਹੈ सो so, बहुत ही पॉपुलर बुक है तो वो भी उन्होंने बुक लॉन्च की है उन्होंने नाम है जय राम रमेश इन सो इन्हों का नाम भी बहुत फेमस है सो so ही बहुत सारी बुक इन्हें लॉन्च हो चुकिया ने, ने? तो क्वेश्चन बहुत ज़्यादा इंपॉर्टेंट है सो द लाइट ऑफ एशिया से नाल लॉन्च हुई पुस्तक सो so, इन जिन्ह की किताब है जय राम रमेश नैक्सट क्वेश्चन वेखो किसू द रिमाइंड ऑफ श्री गुरु गोबिंद सिंह जी पुस्तक पेंट की गई है ਦੀ ਰਮਾਈਨ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਪੁਸਤਕ ਹੈ ਇਹ ਪੇਂਟ ਕੀਤੀ ਗਈ ਹੈ ਸੋ ਭਾਰ ਦੇ ਪੀਐਮ ਨਰਿੰਦਰ ਮੋਦੀ ਜੀ ਆਪਸ਼ਨ ਨੰਬਰ ਸੀ ਰਾਈਟ ਆਨਸਰ ਇਹਨਾਂ ਨੂੰ ਇਹ ਬੁੱਕ ਪੇਂਟ ਕੀਤੀ ਗਈ ਹੈ ਦੀ ਰਮਾਈਨ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਕੁਐਸਚਨ ਭਾਰ ਦੇ ਕਿਸ ਰਾਜ ਕੇਂਦਰ ਸ਼ਾਸਤ ਪ੍ਰਦੇਸ਼ ਨੇ ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਤਾਂ ਉਸ ਦਾ ਜੋ ਸਰਕਾਰ ਹੈ ਸੋ ਦਿੱਲੀ ਦੀ ਆਪਸ਼ਨ ਨੰਬਰ ਬੀ ਰਾਈਟ ਆਨਸਰ ਸੋ ਦਿੱਲੀ ਕੇਂਦਰ ਸਿਹਤ ਪ੍ਰਦੇਸ਼ ਸਰਕਾਰ ਨੇ ਸੋ ਮੁੱਖ ਮੰਤਰੀ ਕੋਵਿਡ-19 ਦੇ ਪਰਿਵਾਰ ਆਰਥਿਕ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਤੇ ਜਿਨ੍ਹਾਂ ਦੇ ਕੋਵਿਡ-19 ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕਿਸੇ ਵੀ ਜੀ ਦੀ ਮੌਤ ਹੋਈ ਹੈ ਠੀਕ ਹੈ ਉਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਏਗੀ ਸੋ ਪਤੀ ਸਹਾਇਤਾ ਦਿੱਤੀ ਜਾਏਗੀ ਉਹਨਾਂ ਨੂੰ ਕਿਹੜੇ ਦੇਸ਼ ਨੇ ਬ੍ਰਿਕਸ ਸਿੱਖਿਆ ਮੰਤਰੀ ਦੀ ਮੇਜਬਾਨੀ 2021 ਵਿੱਚ ਕੀਤੀ ਹੈ ਉਸ ਦੇਸ਼ ਦਾ ਨਾਮ ਹੈ ਭਾਰਤ ਇੰਡੀਆ অপਸ਼ਨ ਨੰਬਰ E ਰਾਈਟ ਆਨਸਰ ਸੋ ਭਾਰਤ ਨੇ ਬ੍ਰਿਕਸ ਸਿੱਖਿਆ ਮੰਤਰੀ ਦੀ ਮਿਜਵਨੀ ਕੀਤੀ ਹੈ 2021 ਦੇ ਵਿੱਚ ਠੀਕ ਹੈ ਗイズ ਯਾਦ ਰੱਖਣਾ ਸੋ ਬ੍ਰਿਕਸ ਦੇਸ਼ ਨੇ ਸੋ ਪੰਜ ਦੇਸ਼ਾਂ ਦਾ ਸਮੂਹ ਹੈ ਜਿਨੇ ਕਿਨਾਂ ਦਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਤੁਹਾਨੂੰ ਸੋ ਨਾਮ ਵਿੱਚ ਹੀ ਨਿਕਲਦੇ ਇਹਨਾਂ ਦੇ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਠੀਕ ਹੈ ਸੋ ਪੰਜ ਦੇਸ਼ ਨੇ ਹੀ ਯਾਦ ਰੱਖਣਾ ਇਹਨਾਂ ਨੂੰ ਨੈਕਸਟ ਕੁਐਸਚਨ ਹਰਿਆਣਾ ਦਾ ਨਵਾਂ ਰਾਜਪਾਲ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਇਹ ਕੁਸ਼ਣ ਦਾ ਬਹੁਤ ਵਾਰ ਰਟ ਗਿਆ ਹੋਣਾ ਸੋ ਬਹੁਤ ਵਾਰੀ ਆਪਣੇ ਸਾਹਮਣੇ ਆ ਚੁੱਕਿਆ ਹੈ ਰਾਈਟ ਅਨਸਰ ਆਪਸ਼ਨ ਨੰਬਰ ਡੀ ਬੰਡਾਰੂ ਦਾ ਤਾਤਰੇ ਤੇ ਇਸ ਤੇ ਆਪਣੀ ਸਪੈਸ਼ਲ ਵੀਡੀਓ ਹੋ ਚੁੱਕੀ ਹੈ ਰਾਜਪਾਲ ਤੇ ਜੋ ਕਿ ਹਾਲੀ ਦੇ ਵਿੱਚ 18 ਜਾਂਦੇ ਰਾਜਪਾਲ ਨਿਯੁਕਤ ਕੀਤੇ ਗਏ ਨੇ ਠੀਕ ਹੈ ਸੋ ਉਪਰ ਆਈਕਨ ਦੇ ਉਪਰ ਤੁਹਾਨੂੰ ਜੋ ਨਿਕਲ ਬਟਨ ਦਿਖ ਰਿਹਾ ਹੈ ਸੋ ਦੇ ਉੱਪਰ ਕਲਿੱਕ ਕਰਕੇ ਤੁਸੀਂ ਵੀਡੀਓ ਵਾਚ ਕਰ ਸਕਦੇ ਹੋ ਜੋ ਕਿ ਨਵੇਂ ਨਿਯੁਕਤ ਕੀਤੇ ਗਏ ਨੇ 18 ਜਾਂਦੇ ਰਾਜਪਾਲ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਨੈਕਸਟ ਕੁਸ਼ਣ ਆ ਗਏ ਦੇਖੋ ਪੰਜਾਬ ਸਰਕਾਰ ਲਈ ਮਿਸ਼ਨ ਫਤਿਹ ਨਾਂ ਦੀ ਵੈਬਸਾਈਟ ਤਿਆਰ ਕਰਨ ਤੇ ਕਿਸ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ ਨਾਮ ਹੈ ਉਹਨਾਂ ਦਾ ਮਿਦਾਸ਼ ਕੁਮਾਰ ਗੁਪਤਾ অপਸ਼ਨ ਨੰਬਰ A ਰਾਈਟ ਆਨਸਰ ਸੋ ਇਹ ਕੁਐਸਚਨ ਮੈਂ ਤੁਹਾਨੂੰ ਸੋ ਆਪਣੀ ਜੋ YouTube ਦੀ ਕੁਇਜ਼ ਹੁੰਦੀ ਹੈ ਉਸ ਦੇ ਉੱਪਰ ਪ੍ਰੀਪਾਇਆ ਸੀ ਕੁਐਸਚਨ ਇੰਪੋਰਟੈਂਟ ਸੀ ਇਸ ਕਰਕੇ ਠੀਕ ਹੈ ਸੋ ਜੋ ਡਿਟੇਲ ਦਿੱਤੀ ਜਾਂਦੀ ਹੈ ਉਸ ਨੂੰ ਧਿਆਨ ਦੇ ਨਾਲ ਪੜ੍ਹ ਲਿਆ ਕਰੋ ਗਾਇਸ ਸੋ ਪੰਜਾਬੀ ਦੇ ਵਿੱਚ ਹੀ ਪੂਰੀ ਡਿਟੇਲ ਦਿੱਤੀ ਸੀ ਮੈਂ ਤੇ ਕੁਐਸਚਨ ਬਾਅਦ ਜਾ ਕੇ ਇੰਪੋਰਟੈਂਟ ਸੀ ਤੁਹਾਨੂੰ ਸਭ ਨੂੰ ਯਾਦ ਹੋ ਗਿਆ ਹੋਣਾ ਕੁਐਸਚਨ ਇਹ ਠੀਕ ਹੈ ਜਿਨਵੀ YouTube ਦੇ ਪਰਚ ਕੁਇਜ਼ ਦਿੱਤੀ ਜਾਂਦੀ ਹੈ ਸੋ ਉਸ ਨੂੰ ਸੋਲਵ ਜ਼ਰੂਰ ਕਰਿਆ ਕਰੋ ਤੇ ਮੈਂ ਆਪਣਾ ਅਨਸਰ ਵੀ ਜੋ ਪਿੰਨ ਕਰਦਾ ਵੀ ਸਾਰੀ ਜਾਣਕਾਰੀ ਦੇ ਨਾਲ ਤਾਂ ਉਸ ਨੂੰ ਜ਼ਰੂਰ ਪੜ੍ਹ ਲਿਆ ਕਰੋ ਇੱਕ ਵਾਰੀ ਵਿਸ਼ਵਵਾਦੀ ਦੀਪਸ ਮੌਕੇ ਕਿਸਾਨ ਚੈਂਬਰ ਕਿਥੇ ਸਮਾਗਮ ਦੌਰਾਨ ਸੂਬੇ ਵਿੱਚ ਜਨਸੰਖਿਆ ਸਿਰਤਾ 15 ਵਾੜੀ ਦੀ ਸ਼ੁਰੂਆਤ ਕੀਤੀ ਗਈ ਸੋ ਇਹ ਕਿਸਾਨ ਚੈਂਬਰ ਹੋਇਆ ਸੀ ਉਹ ਸਮਾਗਮ ਮੋਹਾਲੀ ਦੇ ਵਿੱਚ ਹੋਇਆ ਸੀ ਆਪਸ਼ਨ ਨੰਬਰ ਡੀ ਰਾਈਟ ਅਨਸਰ ਹੈ ਜੇ ਜੋ ਵਿਸ਼ਵਾਵਾਦੀ ਦਿਵਸ ਹੈ ਗਾਇਸ ਸੋ ਇਹ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਸੋ ਇਸ ਮੌਕੇ ਤੇ ਕਿਸਾਨ ਚੈਂਬਰ ਸਮਗਮ ਮੌਲ ਵਿੱਚ ਕਰਵਾਏ ਗਏ ਸੀ ਜਿੱਥੇ ਜਨਸਾਂਖਿਆ ਸਿਰਤਾ 15 ਵਾੜੀ ਦੀ ਸ਼ੁਰੂਆਤ ਵੀ ਕੀਤੀ ਗਈ ਸੀ ਨੈਕਸਟ ਕੁਐਸਚਨ ਹੈ ਕੋਵਿਡ ਦੇ حوالے ਨਾਲ ਸਵੈਪ ਸੇ ਕੀ ਹੈ ਜੋ ਹਾਲ ਹੀ ਵਿੱਚ ਖਬਰਾਂ ਵਿੱਚ ਰਿਹਾ ਸੀ ਸੋ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਬੀ ਹੈ ਟੈਸਟਿੰਗ ਪਲੇਟਫਾਰਮ ਹੈ ਸੋ ਜੋਕੀ ਟੈਸਟ ਦੇ ਲਈ ਜੋਕੀ ਇਸ ਵਾਸਤੇ ਹੈ ਠੀਕ ਹੈ ਯਾਦ ਰੱਖਣੇ ਸੋ ਚਰਚਾ ਦੇ ਵਿੱਚ ਰਹੀ ਸੀ ਨਿਊਜ਼ ਦੇ ਵਿੱਚ ਇਹ ਨੈਕਸਟ ਕੁਐਸਚਨ ਟਵਿੱਟਰ ਨੇ ਕਿਸ ਨੂੰ ਭਾਰਤ ਲਈ ਰੈਜ਼ੀਡੈਂਟ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ ਨਾਮ ਹੈ ਉਹਨਾਂ ਦਾ ਗਾਇਸ অপਸ਼ਨ ਨੰਬਰ A ਵਿਨੇ ਪ੍ਰਕਾਸ਼ ਵਿਨੇ ਪ੍ਰਕਾਸ਼ ਨੂੰ ਟਵਿੱਟਰ ਨੇ ਸੁਪਾਰਤ ਲਈ ਰੈਜ਼ੀਡੈਂਟ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ ਤਿੰਨ ਅਤੇ ਹਾਲੇ ਹੋਰ ਵੀ ਅਧਿਕਾਰੀ ਦੀ ਨਿਯੁਕਤੀ ਹੋਣੀ ਬਾਕੀ ਹੈ ਗਾਇਸ ਤੇ ਖਾਸ ਕਰਕੇ ਇਹਨਾਂ ਦੇ ਵਿੱਚ ਇਹ ਕਿ ਉਹ ਸਾਰੇ ਭਾਰਤੀ ਹੋਣ ਜ਼ਰੂਰੀ ਨੇ ਠੀਕ ਹੈ ਇਸ ਕਰਕੇ ਜੋ ਇਹਨਾਂ ਦੇ ਅਧਿਕਾਰੀ ਨਿਯੁਕਤੀ ਹੋਣੀ ਬਾਕੀ ਵਾਲੇ ਬਾਕੀ जो अधिकारी ने ने, तो जो रेजिडेंट शिकायत अधिकारी नियुक्त किए गए हैं बिने प्रकाश राइट आंसर ऑप्शन नंबर ए राष्ट्रीय मच्छी फार्मर्स दिवस हर साल डैशन मनाया जाता है तो नैशनल फिश फार्मर्स डे मनाया जाता गई दस जुलाई में ऑप्शन नंबर सी राइट आंसर इस दा। नेक्स्ट क्वेश्चन ने, है दी प्रैगनैसी बाइबल किताब के लेखक का नाम दसो ਰਾਈਟ ਆਨਸਰ ਇਜ਼ ਦਾ ਕਰੀਨਾ ਕਪੂਰ ਸੋ ਆਪਸ਼ਨ ਨੰਬਰ ਡੀ ਰਾਈਟ ਆਨਸਰ ਹੈ ਦੀ ਪ੍ਰੈਗਨੈਂਸੀ ਬਾਈਬਲ ਕਿਤਾਬ ਦੇ ਲੇਖਕ ਨੇ ਕਰੀਨਾ ਕਪੂਰ ਨਿਮਨਲਿਖਤ ਵਿੱਚੋਂ ਕਿਸ ਫਿਲਮ ਨੇ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰੀ ਫਿਲਮ ਪੁਰਲੇਖ ਵਿੱਚ ਨਾ ਆਪਣਾ ਨਾਮ ਜੁੜਿਆ ਹੈ ਨਾਮ ਇਸ ਫਿਲਮ ਦਾ ਪੀਕੇ ਆਪਸ਼ਨ ਨੰਬਰ ਡੀ ਰਾਈਟ ਆਨਸਰ ਸਭ ਨੇ ਦੇਖੀ ਹੋਣੀ ਸੋ ਉਸ ਫਿਲਮ ਨੇ ਹੀ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰੀ ਫਿਲਮ ਪੁਰਲੇਖ ਹੈ ਸੋ ਉਸ ਦੇ ਵਿੱਚ ਆਪਣਾ ਨਾਮ ਜੁੜਿਆ ਗਿਆ ਹੈ ਨੈਕਸਟ ਕੁਐਸਚਨ ਹਾਲੀ ਵਿੱਚ ਕਿਸ ਰਾਜ ਨੂੰ ਭਾਰਤੀ ਰੇਲਵੇ ਦੇ ਨਕਸ਼ੇ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਗਾਇਸ ਜੇਕਰ ਤੁਹਾਨੂੰ ਮੇਰੀ ਜੋ ਹਾਰਡ ਵਰਕਿੰਗ ਹੈ ਮੈਨੂੰ ਮੈਂ ਪਸੰਦ ਆ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਬਾਤ ਵਾਤ ਲਾਈਕ ਕਰ ਦਿਆ ਕਰੋ ਠੀਕ ਹੈ ਤੁਹਾਡੇ ਲਈ ਮੈਂ ਦੇਖੋ ਕਿੰਨੀ ਉਹ ਕਰ ਐਫਰਟ ਕਰ ਰਹੇ ਤਾਂ ਤੁਹਾਨੂੰ ਵੀ ਸ਼ੁਰੂ ਚਾਹੀਦਾ ਹੈ ਕਿ ਇੱਕ ਸਿਰਫ ਸੋ 2 ਸੈਕਿੰਡ ਦੇ ਵਿੱਚ ਵੀਡੀਓ ਨੂੰ ਲਾਈਕ ਹੋ ਸਕਦਾ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਰਾਈਟ ਆਨਸਰ ਇਸ ਆਪਸ਼ਨ ਨੰਬਰ ਸੀ ਮਨੀਪੁਰ ਸਟੇਟ ਸੋ ਮਨੀਪੁਰ ਰਾਜ ਨੂੰ ਭਾਰਤੀ ਰੇਲਵੇ ਦੇ ਨਕਸ਼ੇ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਗਾਈ ਜੇਕਰ ਕੋਈ ਵੀ ਆਪਣੋ ਕਿਸੇ ਨੂੰ ਡਿਟੇਲ ਵਾਲੀ ਵੀਡੀਓ ਚਾਹੀਦੀ ਹੈ ਠੀਕ ਹੈ ਉਹ ਪੰਜਾਬ ਕਰੰਟ ਜੋਬ ਦੇ ਉੱਪਰ ਜਾ ਕੇ ਦੇਖ ਸਕਦਾ ਹੈ ਕਿਉਂਕਿ ਉਸ ਦੇ ਉੱਪਰ ਤੁਹਾਨੂੰ ਸਾਰੇ ਕੁਐਸਚਨ ਦੀ ਡਿਟੇਲ ਦਿੱਤੀ ਜਾਂਦੀ ਹੈ ਠੀਕ ਹੈ ਤੇ ਉਸ ਰਾਜ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਤੇ ਵੀ ਪ੍ਰੈਕਟਿਸ ਲਈ ਹੈ ਠੀਕ ਹੈ ਇਸ ਦੇ ਵਿੱਚੋਂ ਬਹੁਤ ਸਾਰੇ نیچے ਕਮੈਂਟ ਕਰਨਗੇ ਵੀ ਸਾਰਾ ਡਿਟੇਲ ਦੇ ਕੁਐਸਚਨ ਜਰੂਰ ਦੋ ਤਾਂ ਜੇਕਰ ਤੁਹਾਨੂੰ ਡਿਟੇਲ ਚਾਹੁੰਦੇ ਹੋ ਤਾਂ ਆਪਣੇ ਪੰਜਾਬ ਕਰੰਟ ਜੋਬ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਠੀਕ ਹੈ ਗਾਈਸ ਨੈਕਸਟ ਕੁਐਸਚਨ ਹੈ ਕਿਸ ਬੈਂਕ ਨੇ ਹਾਲ ਹੀ ਵਿੱਚ ਪਾਰਟੀ ਫੌਜਨਾ ਸਮਝੌਤਾ ਕੀਤਾ ਹੈ ਤੇ ਇੰਡੀਅਨ ਆਰਮੀ ਨਾਲ ਜਿਸ ਬੈਂਕ ਨੇ ਟਾਈਡ ਕੀਤਾ ਗਾਇਸ ਉਸ ਬੈਂਕ ਦਾ ਨਾਮ ਹੈ ਐਕਸੈਸ ਬੈਂਕ ਆਪਸ਼ਨ ਨੰਬਰ ਸੀ ਵਿੱਚ ਦੇਖ ਰਹੇ ਹੋ ਸੋ ਐਕਸੈਸ ਬੈਂਕ ਨੇ ਹੀ ਪਾਰਟੀ ਫੌਜਨਾ ਸਮਝੌਤਾ ਕੀਤਾ ਤੇ ਐਕਸੈਸ ਬੈਂਕ ਦੇ ਜੋ ਐਮ ਡੀ ਨੇ ਸੋ ਜਿਹਨਾਂ ਦਾ ਨਾਮ ਹੈ ਅਭਿਤਾਵ ਚੌਧਰੀ ਤੇ ਐਕਸੈਸ ਬੈਂਕ ਦੇ ਜੋ ਸੀਓ ਨੇ ਸੋਰਾ ਕੇਸ ਮਖੀਜਾ ਜੀ ਨੇ ਤੇ ਐਕਸੈਸ ਬੈਂਕ ਦਾ ਜੋ ਹੈੱਡਕੁਆਟਰ ਹੈ ਸੋ ਹੈੱਡਕੁਆਟਰ ਮਹਾਰਾਸ਼ਟਰ ਮੁੰਬਈ ਦੇ ਵਿੱਚ ਹੈ ਤੇ ਇਸ ਦੀ ਸਥਾਪਨਾ ਕਿਸ ਨੂੰ 1993 ਦੇ ਵਿੱਚ ਨੈਕਸਟ ਕੁਐਸਚਨ ਹਾਲੀਵੁੱਡ ਚਾਰੀ ਕੀਤੀ 올 ਇੰਡੀਆ ਰੇਡੀਓ ਦੀ ਗਲੋਬਲ ਰੈਂਕਿੰਗ ਵਿੱਚ ਕਿਸ ਨੇ ਸਿਖਰ ਤੇ ਪਹੁੰਚਿਆ ਹੈ ਜਿਸ ਨੇ ਕਿ ਆਪਣਾ ਜੋ ਸਥਾਨ ਹੈ ਚੋਟੀ ਤੇ ਪ੍ਰਾਪਤ ਕੀਤਾ ਹੈ 올 ਇੰਡੀਆ ਰੇਡੀਓ ਦੀ ਗਲੋਬਲ ਰੈਂਕਿੰਗ ਦੇ ਵਿੱਚ ਸੋ ਦੇਸ਼ ਦਾ ਮੈਂ ਯੂਐਸਏ ਯੂਨਾਈਟਿਡ ਸਟੇਟਸ ਅਮਰੀਕਾ ਯੂਐਸਏ ਨੇ 올 ਇੰਡੀਆ ਰੇਡੀਓ ਦੀ ਗਲੋਬਲ ਰੈਂਕਿੰਗ ਦੇ ਵਿੱਚ ਸੋ ਆਪਣਾ ਨਾਮ ਹੈ ਜੋ ਟੌਪ ਤੇ ਪਾਇਆ ਨੈਕਸਟ ਕੁਐਸਚਨ ਕਿਸ ਪੁਲਿਸ ਅਧਿਕਾਰੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੈਂਬਰ ਵਜੋਂ ਸੌ ਚੁੱਕੀ ਹੈ ਸੋ ਉਹਨਾਂ ਦਾ ਨਾਮ ਹੈ ਹਰਦੇਵ ਸਿੰਘ ਮਾਨ ਆਪਸ਼ਨ ਨੰਬਰ ਸੀ ਵਿੱਚ ਵੇਖ ਰਹੇ ਹੋ ਕਿੱਥੇ ਹੋਏ ਕੁਲਹਿੰਦ ਇੰਟਰਸਟੇਟ ਐਥਲੈਟਿਕਸ ਮੁਕਾਬਲੇ ਵਿੱਚ 259 ਦੇ ਜਿੱਤਣ ਵਾਲੀ ਹਰਮਿਲਨ ਬੈਂਸ ਦਾ ਸਨਮਾਨ ਕੀਤਾ ਗਿਆ ਇਹ ਹੋਈ ਸੀ ਕਿਸ ਪਟਿਆਲਾ ਦੇ ਵਿੱਚ ਆਪਸ਼ਨ ਨੰਬਰ ਡੀ ਵਿੱਚ ਵੇਖ ਰਹੇ ਹੋ ਰਾਈਟ ਆਨਸਰ ਇਸ ਦਾ ਡੀ ਸੋ ਪਟਿਆਲਾ ਦੇ ਵਿੱਚ ਕੁਲ ਹਿੰਦ ਇੰਟਰਸਟੇਟ ਐਥਲੈਟਿਕਸ ਮੁਕਾਬਲੇ ਦੇ ਵਿੱਚ 290 ਗਜਤਨ ਵਾਲੀ ਹਰਮਨਲ ਬੈਂਸ ਦਾ ਸਨਮਾਨ ਕੀਤਾ ਗਿਆ ਹੈ ਤਾਂ ਉਹਨਾਂ ਦਾ ਨਾਮ ਵੀ ਯਾਦ ਰੱਖਿਓ ਗਾਇਸ 290 ਗਜ ਨਾਲ ਜਿੱਤੇ ਨੇ ਉਹ ਹਰਮਨਲ ਬੈਂਸ ਜੀ ਸੋ ਪਟਿਆਲਾ ਦੇ ਵਿੱਚ ਹੋਈ ਸੀ ਇਹ ਨੈਕਸਟ ਕੁਐਸਚਨ ਸ਼ੇਰ ਬਾਦੂ ਦੇਵਾ ਨੇ ਕਿਸ ਦੇਸ਼ ਦੇ ਨਾਮੇ ਪ੍ਰਧਾਨ ਮੰਤਰੀ ਬੀਜੋ ਸੌ ਚੁੱਕੀ ਹੈ ਸੋਸ਼ ਦੇਸ਼ ਦਾ ਨਾਮ ਹੈ ਨੇਪਾਲ অপਸ਼ਨ ਨੰਬਰ ਸੀ ਰਾਈਟ ਅਨਸਰ नेपाल देश के नवे जो पी एम प्रधानमंत्री बने ने शेर बहादुर देवा ठीक है कि ई कॉमर्स कंपनी ने प्लास्टिक पैकिंग खत्म कर देती है उस कंपनी का नाम है फ्लिपकार्ट ऑप्शन नंबर बी सो फ्लिपकार्ट ई कॉमर्स कंपनी ने प्लास्टिक पैकिंग जो खत्म कर देती है नैक्सट क्वेश्चन क्वेश्चन इंपॉर्टेंट है बहुत ज़्यादा पंजाब स्कूल सिक्स बोर्ड के सकत्रता ਬਾਦੂਕਾਰਪਾਰਟਸ ਬੜੇ ਹੈ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਸੋ ਉਹਨਾਂ ਦਾ ਨਾਮ ਹੈ ਸ਼੍ਰੀਮਤੀ ਈਸ਼ਾ ਕਾਲੀਆ ਸੋ ਇਹ ਵੀ ਕੁਐਸਚਨ ਮੈਂ YouTube ਦੀ ਕੁਇਜ਼ ਦੇ ਵਿੱਚ ਜੋ ਐਡ ਕੀਤਾ ਸੀ ਤਾਂ ਸਭ ਨੂੰ ਯਾਦ ਹੋ ਗਿਆ ਹੁਣ ਤੇ ਇਹਨਾਂ ਕੋਲ ਇੱਕ ਵੀ ਹੋਰ ਵੀ ਚਾਰਜ ਸੀ ਗਾਇਸ ਤਾਂ ਵੀ ਯਾਦ ਰੱਖਣਾ ਸਪੈਸ਼ਲੀ ਗਾਇਮਰ ਉਹ ਵੀ ਪੁੱਛਿਆ ਜਾਂਦਾ ਹੈ ਤਾਂ ਉਹ ਕਾਲਜ ਕਿਹੜਾ ਉਹਨਾਂ ਕੋਲ ਉਹਨਾਂ ਸਿੱਖਿਆ ਭਵਨ ਵਿਖੇ ਡਾਇਰੈਕਟਰ ਜਨਰਲ ਆਫ ਸਕੂਲ ਸਿੱਖਿਆ ਠੀਕ ਹੈ ਉਹਦਾ ਵੀ ਉਹਦਾ ਸੰਭਾਲਿਆ ਹੋਇਆ ਸੋ ਸਕੂਲ ਭਵਨ ਵਿਖੇ ਡਾਇਰੈਕਟਰ ਜਨਰਲ ਆਫ ਸਕੂਲ ਸਿੱਖਿਆ ਜਾਨਕੀ ਡੀਜੀਐਸਈ ਸੋਸ ਦਾਉ ਦਬੀ ਸੰਭਾਲੇ ਹੋਏ ਇਹਨਾਂ ਨੇ ਨੈਕਸਟ ਕੁਐਸਚਨ ਕਿਤੋਂ ਦੀ ਸਰਕਾਰ ਰੋਕੋ ਟੋਕੋ ਮਹਿੰਮ ਦੀ ਸ਼ੁਰੂਆਤ ਕਰੇਗੀ ਰੋਕੋ ਟੋਕੋ ਮਤਲਬ ਗਾਈਜ਼ ਉਥੋਂ ਦੀ ਸਰਕਾਰ ਬਿਜੜੇਗੀ ਲੋਕ ਮਾਸਕ ਨਹੀਂ ਪਾਉਂਦੇ ਸੋ ਜਨਤਕ ਸਥਾਨਾਂ ਸਰਕਾਰੀ ਥਾਵਾਂ ਤੇ ਠੀਕ ਹੈ ਉਹਨਾਂ ਨੂੰ ਇਹ ਜੋ ਮੁਖੋਟਾ ਪਾ ਕੇ ਲੈਣਾ ਹੈ ਆਪਣਾ ਜੋ ਮਾਸਕ ਹੈ ਇਹ ਦੇਵੇਗੀ ਰਾਈਟ ਆਨਸਰ ਆਪਸ਼ਨ ਨੰਬਰ ਡੀ ਮੱਧ ਪ੍ਰਦੇਸ਼ ਦੀ ਸਰਕਾਰ ਸੋ ਤੁਹਲੀ ਸਰਕਾਰ ਨੇ ਰੋਕ ਟੋਕੋ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਇਹ ਨੈਕਸਟ ਕੁਐਸਚਨ ਮੋਹਨ ਬਗਾਨ ਰਤਨ ਨਾਲ ਕਿਸ ਨੂੰ ਸਮਾਨਤਾ ਕੀਤਾ ਜਾਵੇਗਾ ਰਾਈਟ ਅਨਸਰ ਆਪਸ਼ਨ ਨੰਬਰ ਬੀ ਗੁਰਵਕ ਸਿੰਘ ਤੇ ਨਾਲ ਇਹਨਾਂ ਦੇ ਨੇ ਸੁਪਲਾਸ਼ ਨੰਦੀ ਜੀ ਪਲਾਸ਼ ਨੰਦੀ ਸੋ ਇਹਨਾਂ ਦੋਨਾਂ ਨੂੰ ਹੀ ਗੁਰਵਕ ਸਿੰਘ ਤੇ ਪਲਾਸ਼ ਨੰਦੀ ਮੋਹਨ ਬਗਾਨ ਰਤਨ ਨਾਲ ਸਮਾਨਤਾ ਕੀਤਾ ਜਾਵੇਗਾ ਬੀਸੀਸੀਆਈ ਦਾ ਅੰਤਰੀਮ ਸੀਓ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ BCCI ਦਾ ਜੋ CEO ਸੋਸੋ ਅੰਤਰੀਮ CEO ਨਿਯੁਕਤ ਕੀਤੇ ਗਏ ਨੇ অপਸ਼ਨ ਨੰਬਰ A ਹੇਮੰਗ ਅਮੀਨ ਹੇਮੰਗ ਅਮੀਰਵਣੀ ਨੇ ਸੋ BCCI ਦੇ CEO ਨੈਕਸਟ ਕੁਐਸਚਨ ਹੈ ਇਸ ਸੁਰ ਦੇ ਚੀਫ ਕੌਣ ਹਨ ਜਿਨ੍ਹਾਂ ਨੂੰ ਕੀ ਵਾਨ ਕਰਮਨ ਅਵਾਰਡ 2020 ਲਈ ਨਾਮਜ਼ਦ ਕੀਤਾ ਗਿਆ ਹੈ ਨਾਮ ਹੈ ਗਾਇਜ਼ ਉਹਨਾਂ ਦਾ ਕੇਸ਼ਿਵਾਨ অপਸ਼ਨ ਨੰਬਰ B ਵਿੱਚ ਵੇਖ ਰਹੇ ਹੋ ਕੇਸ਼ਿਵਾਨ ਜੀ ਨੂੰ ਸੋ ਵਾਨ ਕਰਮਨ ਅਵਾਰਡ 2020 ਲਈ ਨਾਮਜ਼ਦ ਕੀਤਾ ਗਿਆ ਹੈ ਨੈਕਸਟ ਕੁਐਸਚਨ ਕਿ ਤੁੰਦੀ ਸਰਕਾਰ ਵੱਲੋਂ ਸੋ 285000 ਖੇਤੀ ਕਾਮਿਆਂ ਅਤੇ ਬੇਜ਼ਮੀਨੇ ਕਸਤਕਾਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ ਸੋ ਅੱਜ ਦੀ ਕਲਾਸ ਸੀ ਆਪਣੇ ਕੋਲ ਜੋ ਕਿ ਆਪਾਂ ਸਵੇਰੇ ਅਟੈਂਡ ਕੀਤੀ ਸੀ ਕਰੰਟ ਅਫੇਅਰ ਦੀ ਤਾਂ ਇੱਕ ਦੋ ਕੁਐਸਚਨ ਆਪਾਂ ਇਸ ਦਾ ਵੀ ਕਰਾਂਗੇ ਰਾਈਟ ਆਨਸਰ ਆਪਸ਼ਨ ਨੰਬਰ ਸੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਠੀਕ ਹੈ ਜਿਨੇ ਵੀ ਖੇਤੀ ਕਾਮੇ ਨੇ ਤੇ ਬੇਜ਼ਮੀਨੇ ਕਸਤਕਾਰ ਨੇ ਸੋ 590 ਕਰੋੜ ਰੁਪਏ ਦਾ ਜੋ ਕਾਰਜਾ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ। ਨੈਕਸਟ ਕੁਐਸਚਨ ਹੈ ਹਾਕੀ ਪੰਜਾਬ ਵੱਲੋਂ ਕਿਹਨਾਂ ਨੂੰ ਸਾਬਕਾ ਪੀਪੀਐਸ ਅਧਿਕਾਰੀਆਂ ਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਾਈਟ ਆਨਸਰ ਆਪਸ਼ਨ ਨੰਬਰ ਡੀ ਉਪਰੋਕਤ ਤਿੰਨੋਂ ਸੋ ਅਮਰੀਕ ਸਿੰਘ ਪੌਰ ਲਗਵਿੰਦਰਪਾਲ ਸਿੰਘ ਖਹਿਰਾ ਤੇ ਸ਼ਿਵਿੰਦਰ ਸਿੰਘ। ਤੇ ਗਾਇਜ਼ ਇਹ ਪਮੇ ਯਾਦ ਨਾ ਰੱਖਿਓ ਕਿਉਂਕਿ ਮੀਤ ਪ੍ਰਧਾਨ ਨੇ ਜ्यादा ਯਾਦ ਰੱਖਣ ਵਾਲੀ ਗੱਲ ਕਿਹੜੀ ਹੈ? ਸੋ ਜਿਹੜੇ ਕਿ ਹਾਕੀ ਪ੍ਰਧਾਨ ਦੇ ਜੋ ਕਿ ਹਾਕੀ ਪੰਜਾਬ ਦੇ ਪ੍ਰਧਾਨ ਨੇ ਨਿਤਨ ਕੋਹਲੀ ਜਰਨ ਸਕੱਤਰ ਨੇ 올ंपियन ਪ੍ਰਗਟ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ 올ंपियन ਹਰਪ ਸਿੰਘ ਮੜੇ ਮੈਂ ਸਵੇਰੇ ਵੀ ਆਖਿਆ ਸੀ ਤੇ ਹੁਣ ਵੀ ਕਹਿ ਰਿਹਾ ਵੀ ਇਹਨਾਂ ਨੂੰ ਜਰੂਰ ਯਾਦ ਰੱਖ ਲਿਓ ਸੋ ਇਹ ਬੌਂਟ ਨੇ ਤੇ ਗਾਇਸ ਦੇਖੋ ਆਪਣੀ ਜੋ ਇੱਕ ਤੋਂ ਸੋ 15 ਜੁਲਾਈ ਤੱਕ ਦੀ ਕਰੰਟ ਅਫੇਅਰ ਸੀ ਓਪਨ ਡਿਸਕਸ ਕਰ ਲਈ ਠੀਕ ਹੈ ਟੈਸਟ ਦੇ ਤੌਰ ਤੇ ਤੇ ਇਸ ਦੇ ਵਿੱਚ ਤੁਹਾਡੇ ਕਿੰਨੇ ਕੁਐਸਚਨ ਠੀਕ ਹੋਏ ਨੇ ਠੀਕ ਹੈ ਇਮਾਨਦਾਰੀ ਨਾਲ ਆਪਣਾ ਆਨਸਰ ਨੀਚੇ ਸਕੋਰ ਕਮੈਂਟ ਬਾਕਸ ਵਿੱਚ ਕਰਨਾ ਹੈ ਤੇ ਇਸ ਵੀਡੀਓ ਇਸ ਵੀਡੀਓ ਬਾਰੇ ਫੀਡਬੈਕ ਜਰੂਰ ਦੇਣਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਠੀਕ ਹੈ ਤਾਂ ਜੋ ਨੈਕਸਟ ਟਾਈਮ ਤੁਹਾਡੇ ਲਈ ਹੋਰ ਵੀ ਬਿਹਤਰੀਨ ਵੀਡੀਓ ਲੈ ਸਕੀਏ ਸੋ ਆਪਣਾ ਫੀਡਬੈਕ ਨੀਚੇ ਕਮੈਂਟ ਬਾਕਸ ਜਰੂਰ ਦਿਓ ਜੇਕਰ ਵੀਡੀਓ ਬੇਤਲੀਗੀ ਪਲੀਜ਼ ਵੀਡੀਓ ਨੂੰ ਬੱਤ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਵੀਡੀਓes ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਉਂਦੀ ਹੈ ਉਸ ਨੂੰ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਸੋ ਵੀਡੀਓ ਦਾ ਨੋਟੀਫਿਕੇਸ਼ਨ ਹੈ ਸਮੇਂ-ਸਮੇਂ ਤੇ ਪਹੁੰਚਦਾ ਰਹੇ ਤੇ ਤੁਸੀਂ ਸਾਡੇ ਨਾਲ ਜੁੜ ਕੇ ਸੋ ਪੰਜਾਬ ਰਿਲੇਟਡ ਜਿਨੇ ਵੀ ਆਪਣੇ ਐਗਜ਼ਾਮ ਆਉਣੇ ਨੇ ਅੱਗੇ ਪੰਜਾਬ ਪੁਲਿਸ ਫਟ ਸੋ ਸਾਰੇ ਤੁਸੀਂ ਸਣ ਜੋੜ ਕੇ ਤਿਆਰੀ ਕਰ ਸਕੋ ਠੀਕ ਹੈ ਤੁਹਾਡੇ ਲਈ ਇਸੇ ਤਰ੍ਹਾਂ ਹੀ ਬਿਹਤਰੀਨ ਵੀਡੀਓ ਲਿਆਉਂਦੇ ਰਹਾਂਗੇ ਅੱਗੇ ਵੀ ਤੇ ਗਾਇਸ ਤੋਂ ਪੰਜਾਬ ਕਰੰਟ ਅਫੇਅਰ ਚੈਨਲ ਆ ਜਾਓ ਉਹ ਜੁਆਇਨ ਜ਼ਰੂਰ ਕਰ ਲਿਓ ਸੋ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਪੰਜਾਬ ਕਰੰਟ ਜੋਬ ਦਾ ਸੈਕੰਡ ਚੈਨਲ ਠੀਕ ਹੈ ਸੋ ਉਸ ਨੂੰ ਜੁਆਇਨ ਕਰ ਲਓ ਤੁਹਾਨੂੰ ਕਰੰਟ ਅਫੇਅਰ ਉੱਥੇ ਮਿਲਦੀ ਰਹੇਗੀ ਮਿਲਦੇ ਆ नेक्स्ट ਟਾਈਮ ਨੈਕਸਟ ਵੀਡੀਓ ਵਿੱਚ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ